ਚੱਲੇ ਹਾਂ ਪਾਣੀ ਲਾਉਣ, ਅਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਮੋਟਰ 'ਤੇ ਜਾ ਕੇ, ਅਤੇ ਆ ਵੀ ਸਾਰਿਆਂ ਦਾ ਪਾਣੀ ਛੱਡਿਆ ਪਿਆ ਝੋਨੇ ਵਾਸਤੇ, ਆਪਾਂ ਅਜੇ ਲੇਟ ਛੱਡਾਂਗੇ। ਉਹ ਵੀ ਗਾਂ ਵੀ ਆ ਗਈ, ਇਹਨਾਂ ਬਾਰੇ ਬੈਠਣਾ ਪੈਂਦਾ ਵੀ ਜਿਹੜੇ ਆ ਮਾੜੇ ਮੋਟੇ ਹੈਗੇ ਆ ਇਹ ਵੀ ਖਾ ਜਾਣਾ ਇਹਨਾਂ ਨੇ, ਜਿਵੇਂ ਆਹ ਪੱਠੇ ਖੜ੍ਹੇ ਆ ਆਹ ਵੀ ਇਹਨਾਂ ਨੇ ਛੱਡਣੇ ਨਹੀਂ, ਇਹਨਾਂ ਦੇ ਵੀ ਇਹਨਾਂ ਨੇ ਚੱਕ ਲੈਣੇ ਫੱਟੇ। ਆਹਦਾ ਸਾਰੀ ਕਾਰੀਆਂ ਮੱਕੀ ਦਾ ਵੇਖੋ ਇਹਦਾ ਕੀ ਪਾਉਂਦਾ ਗਾਂ ਜਾ ਕੇ। ਆਹ ਪਈ ਜਾਂਦਾ ਦੀ ਤੂੜੀ, ਅਤੇ ਹੁਣ ਆਪਾਂ ਗਾਂ ਕਰਦੇ ਹਾਂ ਗੱਲ, ਮੋਟਰ ਚੱਲੀ ਜਾਂਦੀ ਆ, ਵੇਹਦੇ ਹਾਂ ਪਾਣੀ ਪੂਣੀ ਕਿੱਥੇ ਉੱਠ ਗਿਆ। ਹਾਂਜੀ, ਤਾਂ ਆਪਾਂ ਆਏ ਸੀਗੇ ਮੋਟਰ 'ਤੇ, ਮੋਟਰ ਚੱਲੀ ਜਾਂਦੀ ਆ, ਇੱਧਰ ਵੀ ਪਾਣੀ ਛੱਡਾਂਗੇ ਆਪਾਂ, ਇੱਧਰ ਰੋਕ ਕੇ ਛੱਡਾਂਗੇ। ਇੱਧਰ ਪਾਣੀ ਪਈ ਜਾਂਦਾ ਵਾ ਜਿੱਧਰ ਕੱਲ੍ਹ ਪਈ ਜਾਂਦਾ ਸੀ, ਹੁਣ ਆਪਾਂ ਵੇਖ ਕੇ ਆਉਂਦੇ ਹਾਂ ਪਾਣੀ, ਵੀ ਪਾਣੀ ਟੁੱਟਿਆ ਤਾਂ ਨਹੀਂ ਗਾ, ਪਾਣੀ ਵੇਖ ਕੇ ਆਉਣਾ, ਉੱਧਰ ਦੀ ਪਰੇ ਦੀ ਵੇਖ ਆਉਣ ਵੀ ਆਹ ਕਿਆਰਾ ਫੁੱਲ ਭਰ ਗਿਆ ਕਿ ਨਹੀਂ ਭਰ ਗਿਆ। ਇਹ ਝਕਾ ਬਾਹਲਾ ਹੋ ਗਿਆ ਸੀਗਾ, ਐਡਸੈਟ ਦਿੰਦੀ ਇਹਦੇ 'ਚ, ਤਾਂ ਇਹਦੇ 'ਚ ਘੱਟ ਹੈ ਜਿਹਦੀ 'ਚ ਮੈਂ ਤੁਰਿਆ ਜਾਂਦਾ, ਗਾਈਆਂ ਨੇ ਛੱਡਿਆ ਹੀ ਨਹੀਂ। ਆਹ ਉੱਤੋਂ ਟੂਸ ਨੇ ਇਹਦੇ ਸਾਰੇ ਖਾ ਲਏ, ਮੱਕੀ ਸੀਗੀ ਇਹ ਤਾਂ ਸ਼ਾਇਦ ਹੀ ਹੋਵੇ ਹੁਣ। ਚਲੋ ਪਾਣੀ ਫਿਰ ਵੀ ਇਹ 'ਚ ਭਰ ਕੇ ਉਹ ਕਿਆਰਾ ਅਤੇ 'ਚ ਪੈ ਗਿਆ, ਆਪਾਂ ਹੁਣ ਇਹ ਛੱਡਾਂਗੇ ਜਿਹ 'ਚ ਤੁਰੇ ਜਾਂਦੇ ਹਾਂ, ਫਿਰ ਉਹ ਨਾਲ ਦੇ ਘਾਲੇ 'ਚ, ਫਿਰ ਜਿਹੜਾ ਉਹ ਤੋਂ ਥੱਲੇ ਆ ਉਹਦੇ 'ਚ। ਆਹ ਤਾਂ ਫੁੱਲ ਭਰਿਆ ਪਿਆ, ਇਹ ਤਾਂ ਭਰ ਗਿਆ ਕਿਆਰਾ। ਚੱਲ ਉੱਧਰ ਚੱਲਦੇ ਹਾਂ, ਆ ਜਾਂਦਾ ਕਿਸਾਨ। ਉਹ ਜਾਂਦਾ ਕਿਸਾਨ ਮਹਿਕਮਾ, ਇਹ ਵੀ ਇੱਕ ਦਿਨ ਹੋ ਹੋ ਕਰਨ ਲੱਗ ਜਾਂਦੇ ਵੀ ਦੱਸੋ ਬਦਲੋ, ਤੁਸੀਂ ਵੀ ਕਰ ਲਓ, ਤੁਸੀਂ ਕਿਹੜਾ ਕਰ ਨਹੀਂ ਸਕਦੇ, ਜਿਹੜਾ ਕਰਦਾ ਉਹਨੂੰ ਐਂ ਕਰਦੇ ਆ, ਫਿਰ ਆਪ ਕਰ ਲੈਣ। ਚਲੋ ਛੱਡੋ ਅਤੇ ਆਹ ਭਰ ਗਏ ਆਪਣੇ, ਆਹ ਜੀ 'ਚ ਫਿਰਦੇ ਹੋਣਾ ਪਿਆ 'ਚ ਨੱਕਾ ਮਾਰ ਦੇਗੇ, ਇਹਦੇ 'ਚ ਪਾਣੀ ਪੈਣ ਲੱਗ ਜੂਗਾ। ਹੁਣ ਆਪਾਂ ਚੱਲੇ ਹਾਂ ਪਾਣੀ ਦੇਖਣ, ਆਪਾਂ ਨੱਕਾ ਮਾਰਤਾ ਖਾਲ 'ਚ ਪਾਣੀ ਜਾਈ ਜਾਂਦਾ, ਅਤੇ ਸਹੀ ਜਾਪਦਾ ਪੈਣ ਲੱਗ ਗਏ ਜੀ, ਫਿਰ ਵਿੱਚ ਨਿਗਾਹ ਮਾਰ ਜਾ ਕਰਾਂਗੇ ਵੀ ਟੁੱਟਦਾ ਤਾਂ ਨਹੀਂ, ਕਿਉਂਕਿ ਨਾ ਗਾਂ ਵਾਲੇ ਕਿੱਲੇ 'ਚ ਪੈਣ ਲੱਗ ਜਾਂਦਾ ਪਾਣੀ, ਫਿਰ ਟੁੱਟਦਾ ਵਾ, ਊਂ ਤਾਂ ਨਹੀਂ ਟੁੱਟਦਾ। ਆਹ ਦੇਖ ਸਕਦੇ ਹਾਂ ਆਹ ਲੱਗ ਗਿਆ ਪੈਣ, ਇਹ 'ਚ ਵੀ ਲੱਗ ਗਿਆ ਪੈਣ, ਇਹ 'ਚ ਆਹ ਟੁੱਟ ਜਾਂਦਾ, ਇਹ ਤਾਂ ਟੁੱਟਦਾ ਹੀ ਟੁੱਟਦਾ ਇੱਥੋਂ, ਤੁਹਾਨੂੰ ਦੋਵਾਂ 'ਚ ਇਕੱਠਾ ਛੱਡਿਆ ਵਾ, ਉਹ ਤਾਂ ਨੱਕਾ ਬੱਚਿਆ ਵਾ, ਮਿਰਗਾ ਮਾਰਿਆ ਹੋਇਆ, ਪਰ ਫਿਰ ਵੀ ਨਿਗਾਹ ਰੱਖਣੀ ਪੈਣੀ ਆ, ਜਾਂ ਇੱਥੇ ਬੋਰੀ ਬਾਰੀ ਵਗੈਰਾ ਪਾ ਦਿਆ ਕਰ। ਖਾਈ ਸੀਗੀ ਮੱਕੀ, ਇਹ ਤਾਂ ਖਾ ਗਈਆਂ ਸੀ ਗਾਂ, ਤੁਹਾਨੂੰ ਦਿਖਾਤਾ ਸੀਗਾ, ਬਹੁਤ ਚਾਅ ਦੀ ਮੱਕੀ ਬੀਜ ਜਾਂਦਾ ਆਪਣਾ, ਤਾਂ ਦੂਜੇ ਥਾਲੀ ਬੀਜੀ ਸੀਗੀ, ਗਾਈਆਂ ਨੇ ਹੱਥ ਖੜ੍ਹੇ ਕਰਾ ਦੇ ਹਰ ਕੀ, ਤਾਂ 5-6 ਹਜ਼ਾਰ ਦਾ ਹੀ ਨੁਕਸਾਨ ਹੋਇਆ ਵਾ, ਮੱਕੀ ਦਾ ਬੀਜ ਲਿਆਂਦਾ, ਪੈਲੀ ਤਿਆਰ ਕੀਤੀ, ਸਾਰਾ ਬਿਜਾਈ ਬਿਜੋਈ। ਹੁਣ ਲੈਟ ਚਲੀ ਗਈ ਆ ਅਤੇ ਡੇਕੀ ਆ, ਪਰ ਰਾਈ ਨਹੀਂ, ਚੱਲ ਮੋਟਰ ਬੰਦ ਕਰਤੀ ਆਪਾਂ, ਆਟੋ ਕੱਟਤਾ, ਪੱਠਿਆਂ ਨੂੰ ਇੱਧਰ ਪਾਣੀ ਛੱਡਿਆ ਪਿਆ ਸੀਗਾ, ਥੱਲੜੇ ਫੇਰ ਰਹਿ ਗਏ ਅੱਜ, ਉਤਲੇ ਤੱਕ ਪਾਣੀ ਛੱਡਿਆ ਸੀਗਾ, ਅਤੇ ਲੈਟ ਚਲੀ ਗਈ। ਉਹ ਘਾਹ ਨੂੰ ਪਾਣੀ ਬਹੁਤ ਔਖਾ ਲੱਗਦਾ ਵਾ,
ਉਹ ਨਾਲ ਦਾ ਕਿਆਰਾ ਭਰਦਾ ਵਾ, ਕਿਆਰੇ ਵਿੱਚ ਦੀ ਪਾਣੀ ਜਾਂਦਾ ਵਾ, ਕਿਉਂਕਿ ਇੱਧਰ ਰੂੜੀ ਜੀ ਪਈ ਆ, ਪਾਣੀ ਚੜ੍ਹਦਾ ਨਹੀਂ ਗਾ। ਉਹਨੂੰ ਚੜ੍ਹਾਉਣ ਦੇ ਚੱਕਰ 'ਚ ਥੱਲੜਾ ਫੇਰ ਰਹਿ ਗਿਆ, ਇਹਦੇ 'ਚ ਪਾਈ ਗਿਆ ਮੈਂ, ਔਰ ਤੋੜਨ ਨਹੀਂ ਦਿੱਤਾ ਗਾ, ਨਹੀਂ ਤਾਂ ਉੱਥੋਂ ਨੱਕਾ ਟੁੱਟ ਜਾਂਦਾ ਆਪਣਾ। ਇਹ ਸੀ ਗੱਲਬਾਤ। ਹੁਣ ਮੈਂ ਚੱਲਦਾ ਘਰੇ, ਅਤੇ ਫਿਰ ਵੇਖਣੇ ਕੀ ਅੱਗੇ ਗੱਲਬਾਤ ਆ, ਜੇ ਕੋਈ ਹੋਇਆ ਤਾਂ ਤੁਹਾਨੂੰ ਦਿਖਾਊਂਗਾ, ਨਹੀਂ ਤਾਂ ਵੀਡੀਓ ਹੀ ਨਹੀਂ ਹੋਈ।